ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਵੀਰਾ ਦਾਨਿਸ਼ ਖਾਨ ਬਲੋਚ। ਤੁਸੀਂ ਮੇਰਾ ਯੂਟਿਊਬ ਚੈਨਲ ਵੇਖ ਲਓ ਸੋ ਜੀ ਪੰਜਾਬੀ ਦਾ। ਉਮੀਦ ਕਰਦਾ ਤੁਸੀਂ ਸਾਰੇ ਖੈਰ ਖਰੀਆਂ ਨਾਲ ਹੋ, ਸੋ ਦਿਨ ਅੱਛੇ ਗੁਜ਼ਰ ਰਹੇ ਹੋ ਸਨ ਜੀ। ਅੱਜ ਦਾ ਅਸੀਂ ਵਿਲੋਚ ਸ਼ੁਰੂ ਕਰਦੇ ਹਾਂ। ਵਿਲੋਚ ਦੇ ਵਿੱਚ ਤੁਹਾਨੂੰ ਅੱਜ ਅਸੀਂ ਇਹ ਦੱਸਣਾ ਅਤੇ ਸਾਊਦੀ ਅਰਬ ਦੇ ਵਿੱਚ ਜਿਹੜੀ ਬਿਲਡਿੰਗ ਪਾਉਂਦੀ ਹੈ ਉਹਦੀ ਕਿੰਨੀ ਮਜ਼ਬੂਤੀ ਹੁੰਦੀ ਹੈ, ਉਸ ਮਜ਼ਬੂਤੀ ਵਾਸਤੇ ਮਤਲਬ ਕੀ ਇਸਤੇਮਾਲ ਹੁੰਦਾ ਹੈ, ਅੱਜ ਸਾਰਾ ਤੁਹਾਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਜੀ। ਵਿਲੋਚ ਸ਼ੁਰੂ ਕਰਦੇ ਹਾਂ ਜੀ, ਹੁਣ ਤੁਹਾਨੂੰ ਸਾਰਾ ਕੁਝ ਵਿਖਾਉਂਦੇ ਹਾਂ ਜੀ। ਸਭ ਤੋਂ ਪਹਿਲੇ ਜੀ ਮਸ਼ੀਨ ਦਾ ਕੰਮ ਸ਼ੁਰੂ ਹੁੰਦਾ ਹੈ। ਮਸ਼ੀਨ ਦਾ ਕੰਮ ਇਹ ਸ਼ੁਰੂ ਹੁੰਦਾ ਹੈ, ਮਸ਼ੀਨ ਤਰੰਚ ਲੈਂਦੀ ਹੈ। ਤੁਸੀਂ ਵੇਖਦੇ ਪਏ ਹੋ ਜਿਵੇਂ ਅਸੀਂ ਪਾਕਿਸਤਾਨ ਦੇ ਵਿੱਚ ਆਉਂਦੇ ਹਾਂ, ਐਰੇ ਥਤਰੇ ਇਹ ਮਸ਼ੀਨ ਦੇ ਜ਼ਰੀਏ ਅਸੀਂ ਮਤਲਬ ਤਰੰਚ ਮਾਰਦੇ ਹਾਂ। ਉਸ ਤੋਂ ਬਾਅਦ ਅਲੀ ਲੇਵਲ ਹੀ ਨਾਲ ਤਰਦੇ ਹੈ ਮਸ਼ੀਨ, ਮਤਲਬ ਉਸਤਾਦ ਤੇਰੇ ਆਉਂਦੇ ਨੇ, ਲੇਕਿਨ ਇਹ ਕੰਮ ਬੜਾ ਆਰਾਮ ਨਾਲ ਤਰਨਾ ਪਾਉਂਦਾ ਨਾ। ਰੋਡ ਹੈ, ਤੁਸੀਂ ਵੇਖਦੇ ਪਏ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਜੀ। ਅਗਰ ਤੁਸੀਂ 4-10 ਸੈਂਟੀਮੀਟਰ ਦਾ ਕੋਈ ਫਰਕ ਬਣ ਵੀ ਹੈ ਤਾਂ ਇਹ ਬੰਦੇ ਤੇਰੇ ਹਨ, ਉਹਦਾ ਲੇਵਲ ਤਰਦੇ ਵਜਨ ਤੁਸੀਂ ਵੇਖ ਲਓ। ਇਹਨਾਂ ਦੇ ਹੱਥ ਵਿੱਚ ਬੇਲਚੇ ਹਨ, ਬੇਲਚੇ ਦੇ ਨਾਲ ਲੇਵਲ ਤਰ ਰਹੇ ਹਨ। ਅਤੇ ਉਸ ਤੋਂ ਬਾਅਦ ਵਾਲੀ ਆ ਮਸ਼ੀਨ ਵਧੀ ਹੈ, ਮਸ਼ੀਨ ਤੇਰੀ ਹੈ ਬਲਤੀ ਤਾਂ ਮਤਲਬ ਤੇਰਾ ਇਹ ਨਾਲ ਬਰਾਬਰ ਤਰਦੀ ਵਧੀ ਹੈ। ਮਸ਼ੀਨ ਚਲਾਉਂਦੇ ਵਧਨ ਤਾਂ ਬੇਲ ਤੋੜ ਬਰਾਬਰ ਹੋ ਵਈਏ ਜੀ। ਆਹ ਮਸ਼ੀਨ ਵੇਖ ਲਓ ਜੀ, ਇਹ ਮੇਰੇ ਹਿਸਾਬ ਦੇ ਮੁਤਾਬਿਕ ਪਾਕਿਸਤਾਨ ਦੇ ਵਿੱਚ ਮਸ਼ੀਨ ਨਾ ਹੋ ਸੀ, ਅਸੀਂ ਲੁਹਾਰਾਂ ਤੋਰ ਵਹਿੰਦੇ ਹਾਂ ਉੱਤੇ ਉਹਨਾਂ ਨੂੰ ਆਖਦੇ ਹਾਂ ਛੱਲੇ ਬਣਾ ਦਿਓ ਅਤੇ ਉਹ ਹਥੌੜੀ ਦੇ ਮਾਰ 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 ਅਤੇ ਤੁਸੀਂ ਘੰਟੇ ਬਾਅਦ ਛੱਲੇ ਬਣਾ ਦਿੰਦੇ। ਇਹ ਵੇਖ ਲਓ ਜੀ ਮਸ਼ੀਨ ਤੁਹਾਡੀਆਂ ਹੱਥੀਆਂ ਦੇ ਸਾਹਮਣੇ ਮਸ਼ੀਨ ਦਾ, ਸਿਰਫ ਇਹ ਜਨਰੇਟਰ 'ਚ ਚੱਲੀ ਹੋਈ ਹੈ ਮਸ਼ੀਨ। ਇੱਕ ਮਿੰਟ ਦੇ ਵਿੱਚ ਅਤੇ ਮਤਲਬ ਇੱਕ ਮਿੰਟ ਤੋਂ ਪਹਿਲੇ ਤਿੰਨੇ ਛੱਲੇ ਬਣਾ ਅਤੇ ਦੇ ਦੇ ਜੀ ਮਸ਼ੀਨ, ਚਾਹੇ ਤੁਸੀਂ ਛੋਟੇ ਬਣਾਓ ਚਾਹੇ ਵੱਡੇ ਬਣਾਓ, ਜਿੰਨੇ ਮਰਜ਼ੀ ਬਣਾਓ ਇਹ ਛੱਲੇ ਬਣਾ ਅਤੇ ਦੇ ਰਹੀ ਹੈ ਜੀ। ਮਸ਼ੀਨ ਵੇਖ ਲਓ, ਮਤਲਬ ਸਾਊਦੀ ਦੇ ਵਿੱਚ ਬੜੀਆਂ ਬੜੀਆਂ ਚੀਜ਼ਾਂ ਮੌਜੂਦ ਹਨ, ਬੜੀਆਂ ਵੱਡੀਆਂ ਵੱਡੀਆਂ ਸਹੂਲਤਾਂ ਹਨ। ਵੇਖ ਲਓ ਤੁਸੀਂ, ਇਹ ਪਾਕਿਸਤਾਨ ਵਿੱਚ ਬਹੁਤ ਹੀ ਘੱਟ ਮਸ਼ੀਨ ਮਿਲ ਸੀ। ਇਹ ਮਸ਼ੀਨ ਵੇਖ ਲਓ, ਇਹ ਉਹ ਮਸ਼ੀਨ ਛੱਲੇ ਬਣਾਈ ਸਾਰਾ ਤੋਂ ਜੋ ਵੇਖਦੇ ਪਏ ਆਹ ਸਾਰੀ ਇਹ ਸਾਰਾ ਤੋਂ ਜੇ ਤੇਰਾ ਇਸਤੇਮਾਲ ਹੋਣਾ ਉੱਤੇ ਤੇਰਾ ਅਸੀਂ ਐਰਾ ਮਤਲਬ ਐਰਾ ਪਾਵਣਾ ਜੀ। ਆਹ ਵੇਖ ਲਓ ਜੀ ਸਾਰਾ ਤੋਂ ਜੋ ਸਾਰੀ ਇਹ ਅਤੇ ਸਾਰਾ ਮਤਲਬ ਇਹ ਬਣਿਆ ਪਿਆ ਤੇਰੂੰ ਐਰਾ ਅਸੀਂ ਆਦੇ ਹਾਂ ਉੱਥੇ ਪਾਕਿਸਤਾਨ ਦੇ ਵਿੱਚ। ਇਹ ਉਹਦੀ ਮਜ਼ਬੂਤੀ ਤਾਂ ਹੋ ਰਹੀ ਹੈ ਤੂੰ ਅਤੇ ਇਹਦੇ ਵਿੱਚ ਹਿੱਤ ਨਹੀਂ। ਇਹਦੇ ਉੱਤੇ 6 ਬਿਲਡਨ ਇਸਤੇਮਾਲ ਹੁੰਦੀਆਂ, 6 ਬਿਲਡਨ 7 ਬਿਲਡਨ ਅਤੇ ਸਾਊਦੀ ਅਰਬ ਦੇ ਵਿੱਚ ਪਾਉਂਦੀਆਂ। ਇਹਦੇ ਵਿੱਚ ਤਿੰਨਾ ਹੀ ਮਜ਼ਬੂਤੀ ਦਾ ਕੰਮ ਹੋ ਸੀ, ਕੱਲ ਬੁਨਿਆਦ ਮਜ਼ਬੂਤੀ ਦਾ ਕੰਮ ਹੋ ਸੀ, ਉਤਨਾ ਜ਼ਿਆਦਾ ਹੀ ਥਰੋ ਸੀ। ਉਸ ਤੋਂ ਬਾਅਦ ਆ ਵੇਖ ਲਓ ਜੀ ਤਿਆਰ ਹੋ ਗਿਆ ਮਸ਼ੀਨ ਦੇ ਜ਼ਰੀਏ। ਇਹ ਜਾ ਖਤਰੀ ਖਾਲੀ ਪਈ ਹੈ, ਇਹ ਹੁਣ ਬਲਤੀ ਹੋ ਰਹੀ ਹੈ, ਮਸ਼ੀਨ ਦਾ ਕੰਮ ਜਾਰੀ ਹੈ। ਤੁਸੀਂ ਵੇਖਦੇ ਪਏ ਹੋ ਤਿਉਂ ਤਾਂ ਬੇਲਚੇ ਨਾਲ ਕੰਮ ਬੜਾ ਮੁਸ਼ਕਿਲ ਹੁੰਦਾ, ਮਜ਼ਦੂਰ ਬੜੇ ਉੱਥੇ ਹੁੰਦੇ, ਗਰਮੀ ਜ਼ਿਆਦਾ ਨਹੀਂ ਮਸ਼ੀਨ। ਸਾਊਦੀ ਅਰਬ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਕਿਸ ਤਰ੍ਹਾਂ ਨਾਲ ਹੁੰਦਾ, ਮਤਲਬ ਕਿੰਨੀ ਮਜ਼ਬੂਤੀ ਨਾਲ ਹੁੰਦਾ, ਇਹ ਕੰਮ ਸ਼ੁਰੂ ਹੁੰਦਾ ਅਤੇ ਉਹਦੇ ਵਿੱਚ ਕਿੰਨੇ ਬੰਦੇ ਦਾ ਕੰਮ ਇਸਤੇਮਾਲ ਹੁੰਦਾ, ਮਸ਼ੀਨ ਦਾ ਮਸ਼ੀਨ ਰੇਬਲ ਸਾਰਾ ਤੋਂ ਤੁਸੀਂ ਵੇਖਦੇ ਪਏ ਹੋ। ਸੋ ਉਸ ਤੋਂ ਬਾਅਦ ਇੰਨਾ ਮਜ਼ਬੂਤੀ ਵਾਲਾ ਕੰਮ ਹੁੰਦਾ ਸਾਰਾ ਤੋਂ ਜੀ। ਇਹਦੇ ਨਾਲ ਤਾਂ ਅੱਜ ਦਾ ਵਿਲੋਚ ਮੈਂ ਖਤਮ ਕਰਦਾ ਅਤੇ ਉਮੀਦ ਕਰਦਾ ਤਾਂ ਮੇਰਾ ਵਿਲੋਚ ਤੁਹਾਨੂੰ ਪਸੰਦ ਆਇਆ ਉਸ, ਅਗਰ ਮੇਰਾ ਵਿਲੋਚ ਤੁਹਾਨੂੰ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ। ਅਗਰ ਅਜਾ ਤਾਈਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬਹੁਤ ਮਿਹਰਬਾਨੀ। ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਇਨਸ਼ਾ ਅੱਲਾ ਤਾਲਾ ਸਾਡੀ ਤੁਹਾਡੀ ਮੁਲਾਕਾਤ ਹੋ ਸੀ ਅਗਲੇ ਵੀਡੀਓ ਦੇ। ਅੱਛਾ ਜੀ, ਅੱਲਾ ਹਾਫਿਜ਼।